ਜਨਹਿਤ ਸੰਮਤੀ ਪਟਿਆਲਾ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਹਿੱਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਨਾਲ ਹੀ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ। ਕਾਫੀ ਦੇਰ ਤੋਂ ਸੁਸਾਇਟੀ ਵੱਲੋਂ ਮੈਨੂੰ ਬੁਲਾਇਆ ਜਾਂਦਾ ਅਤੇ ਪਿਛਲੇ 8-10 ਸਾਲ ਤੋਂ ਲਗਾਤਾਰ ਸੁਸਾਇਟੀ ਦੇ ਫੰਕਸ਼ਨਾਂ ਵਿੱਚ ਜਾਣ ਦਾ ਮੌਕਾ ਮਿਲਿਆ। ਬਤੌਰ ਪੱਤਰਕਾਰ ਪਟਿਆਲਾ ਦੀ ਵੱਖ ਵੱਖ ਸੇਵਾ ਸੁਸਾਇਟੀਆਂ ਜਿਹੜੀਆਂ NGOs ਹੈ ਉਹਨਾਂ ਜਾਣ ਦਾ ਮੌਕਾ ਮਿਲਦਾ। ਜ਼ਿਆਦਾਤਰ ਸੁਸਾਇਟੀਆਂ ਕੋਈ ਮੰਥਲੀ ਫੰਕਸ਼ਨ ਕਰਦੀ ਹੈ, ਕੋਈ ਸਾਲਾਨਾ ਕਰਦੀ, ਕੋਈ 6 ਮਹੀਨੇ ਬਾਅਦ ਕਰਦੀ ਹੈ, ਜਾਂ ਕੋਈ ਆਪਣੇ ਫਾਊਂਡੇਸ਼ਨ ਡੇ 'ਤੇ ਕਰਦੀ ਹੈ, ਵੱਡਾ ਫੰਕਸ਼ਨ ਕਰਦੇ ਹੈ। ਇਸ ਸੁਸਾਇਟੀ ਦੀ ਮੈਨੂੰ ਖਾਸੀਅਤ ਜਿਹੜੀ ਲੱਗੀ ਹੈ ਵੀ ਜਦੋਂ ਵੀ ਇਹਨਾਂ ਕੋਲ ਕੋਈ ਨੇੜੀ ਬੰਦਾ ਆ ਜਾਂਦਾ ਉਦੋਂ ਹੀ ਫੰਕਸ਼ਨ ਕਰ ਲੈਂਦੇ ਆ ਆਪਣਾ, ਅਤੇ ਉਸ ਕਰਨ 'ਤੇ ਕੋਈ ਜ਼ਿਆਦਾ ਤਾਮ ਝਾਮ ਨਹੀਂ, ਕੋਈ ਜ਼ਿਆਦਾ ਖਰਚ ਨਹੀਂ, ਇੱਥੇ ਹੀ ਪ੍ਰਭਾਤ ਪ੍ਰਵਾਨਾਂ ਨੂੰ ਫਰੀ ਦੇ ਵਿੱਚ ਮਿਲ ਜਾਂਦਾ। ਜਿਹੜਾ ਪੈਸਾ ਇਹਨਾਂ ਕੋਲ ਇਕੱਠਾ ਹੁੰਦਾ 35,000 40,000 ਸਾਰਾ ਉਹ ਪੈਸਾ ਹੈ ਪਬਲਿਕ ਦਾ, ਉਹ ਲੋਕ ਉਹਦੀ ਡੋਨੇਸ਼ਨ 'ਤੇ ਹੀ ਦਿੱਤਾ ਜਾਂਦਾ। ਸਭ ਤੋਂ ਖੂਬਸੂਰਤੀ ਹੈ ਵੀ ਉਹਦੇ ਅਰੇਂਜਮੈਂਟ ਕਰਨ 'ਤੇ ਖਰਚਾ ਨਹੀਂ ਹੁੰਦਾ, ਇਹ ਖਰਚਾ ਬਚਦਾ। ਇਸ ਦੇ ਲਈ ਮੈਂ ਸੁਸਾਇਟੀ ਨੂੰ ਵਧਾਈ ਦਿੰਦਾ। ਅਸੀਂ ਤੁਹਾਡੀ ਕੋਈ ਵਾਲੀ ਮਦਦ ਨਹੀਂ ਕਰ ਸਕਦੇ, ਬਸ ਤੁਹਾਨੂੰ ਸਲਿਊਟ ਹੀ ਕਰ ਸਕਦੇ, ਨਮਸਕਾਰ ਕਰਦੇ ਹਾਂ ਵੀ ਤੁਸੀਂ ਇੰਨਾ ਅੱਜ ਦੇ ਕਲਯੁਗ ਦੌਰ ਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈ ਕਿਸੇ ਕੋਲ। ਹਰ ਬੰਦਾ ਆਪਣੇ ਲਈ, ਆਪਣੇ ਪਰਿਵਾਰ ਦੇ ਲਈ, ਆਪਣੀ ਬਿਹਤਰੀ ਦੇ ਲਈ ਭੱਜੋ ਭੱਜ ਹੋ ਰਹੀ ਹੈ ਸਮਾਜ ਦੇ ਵਿੱਚ। ਤੁਸੀਂ ਅਜਿਹੇ ਸਮੇਂ ਦੇ ਵਿੱਚ ਜਿਹੜੇ ਸਾਡੇ ਵੇਦ ਪੁਰਾਣ ਗ੍ਰੰਥ, ਜੋ ਸਾਡੇ ਰਿਸ਼ੀ ਮੁਨੀ ਗੁਰੂ ਪੈਗੰਬਰ ਦੇ ਗਏ ਆ ਸਿੱਖਿਆ ਵੀ ਨਰ ਸੇਵਾ ਨਾਰਾਇਣ ਸੇਵਾ, ਉਸ ਮਹਾਂਮੰਤਰ ਦੇ ਚੱਲਦੇ ਹੋਏ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ, ਤੁਹਾਡੇ ਅੱਗੇ ਸਿਰ ਝੁਕਦਾ ਹੈ। ਇਸੇ ਤਰ੍ਹਾਂ ਸੇਵਾ ਕਰਦੇ ਰਹੋ ਅਤੇ ਇਸੇ ਤਰ੍ਹਾਂ ਛੋਟੇ ਛੋਟੇ ਫੰਕਸ਼ਨ ਜਿਹੜੇ ਤੁਸੀਂ ਕਰਦੇ ਹੋ ਜਿਹਨਾਂ ਦਾ ਕੋਈ ਖਰਚਾ ਨਹੀਂ ਹੁੰਦਾ ਅਤੇ ਜ਼ਰੂਰਤਮੰਦ ਦੀ ਮੌਕੇ 'ਤੇ ਹੀ ਮਦਦ ਹੋ ਜਾਂਦੀ ਹੈ। ਮੰਨ ਲਓ ਕਿਸੇ ਨੂੰ ਮੈਡੀਕਲ ਦੀ ਲੋੜ ਹੈ, ਉਹਨੇ ਓਪਰੇਸ਼ਨ ਕਰਵਾਉਣਾ ਹੈ, ਲੋੜ ਉਹਨੂੰ 12 ਵਜੇ ਦੀ ਹੈ, ਆਪਾਂ ਕਹੀ ਨਹੀਂ ਹਫ਼ਤੇ ਬਾਅਦ ਕਰਾਂਗੇ ਫੰਕਸ਼ਨ, ਫਿਰ ਆ ਜਾਓ, ਉਹ ਗੱਲ ਬਣਦੀ ਨਹੀਂ। ਤੁਸੀਂ ਮੌਕੇ 'ਤੇ ਹੀ ਨਿਪਟਾਰਾ ਕਰ ਦਿੰਦੇ ਹੋ, ਇਸ ਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਆਪਣੀ ਸਾਰੀ ਦੁਨੀਆ ਦੀ ਕੰਮ ਜ਼ਿੰਮੇਦਾਰੀਆਂ ਨਿਭਾਉਂਦੇ ਹੋਏ ਸਮਾਜ ਵਾਸਤੇ ਆਪਣਾ ਟਾਈਮ ਕੱਢਣਾ, ਆਪਣੀ ਸੋਚ ਦੇ ਨੂੰ ਸਮੇਂ ਦੇਣਾ ਔਰ ਉਹਨੂੰ ਕਾਰਨਵਿਤ ਕਰਨ ਵਾਸਤੇ ਉਹਦੇ ਵਾਸਤੇ ਮਿਹਨਤ ਕਰਨਾ ਔਰ ਉਸ ਸ਼ਿੱਦਤ ਨਾਲ ਉਹਦੇ ਨਾਲ ਲੱਗੇ ਰਹਿਣਾ ਔਰ ਫਿਰ ਉਹਦੇ ਉਸ ਚੀਜ਼ ਦੇ ਵਿੱਚ ਹੋਰਾਂ ਨੂੰ ਵੀ ਹੌਲੀ 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 ਕਰਕੇ ਉਹਨਾਂ ਨੂੰ ਵੀ ਇੰਸਪਾਇਰ ਕਰਨਾ ਜੁੜਨ ਦੇ ਵਾਸਤੇ, ਇਹ ਸੱਚਮੁੱਚ ਆਪਣੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਔਰ ਇਹ ਬਿਲਕੁਲ ਸਹੀ ਗੱਲ ਹੈ ਕਿ ਜ਼ਿੰਦਗੀ ਜਿਹੜੀ ਹੈ ਉਹ ਸਿਰਫ ਆਪਣੇ ਜੀਣ ਵਾਸਤੇ ਨਹੀਂ, ਆਪਣੇ ਸਮਾਜ ਨੂੰ ਵੀ, ਜਿਸ ਸਮਾਜ ਤੋਂ ਅਸੀਂ ਇੰਨਾ ਕੁਛ ਲੈਂਦੇ ਹਾਂ ਉਸ ਸਮਾਜ ਨੂੰ ਕੁਛ ਵਾਪਸ ਕਰਨ ਦੀ ਸਾਡੀ ਜ਼ਿੰਮੇਦਾਰੀ ਬਣਦੀ ਹੈ ਔਰ ਇਸ ਜ਼ਿੰਮੇਦਾਰੀ ਨੂੰ ਇਸ ਤਰ੍ਹਾਂ ਇੰਨੇ ਪਿਆਰ ਦੇ ਨਾਲ, ਇੰਨੀ ਸ਼ਿੱਦਤ ਦੇ ਨਾਲ ਜਿਹੜਾ ਸਭ ਨਿਭਾ ਰਹੇ ਹੈ ਇਹ ਦੇਖ ਕੇ ਬਹੁਤ ਅੱਛਾ ਲੱਗਿਆ ਔਰ ਬਹੁਤ ਖੁਸ਼ੀ ਹੋਈ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਹਾਂ। ਆਈ ਵਿਲ ਥੈਂਕ ਆਲ ਆਫ ਯੂ, ਕਿਉਂਕਿ ਸ਼ਰਮਾ ਜੀ ਇਹ ਸਾਰੀ ਜਿਹੜੀ ਕੜੀ ਹੈ ਉਸ ਨੂੰ ਫਰਾਉਣ ਦੇ ਵਿੱਚ ਇੱਕ ਧਾਗੇ ਦਾ ਜਿਹੜਾ ਕੰਮ ਕਰਦੇ ਨੇ, ਲੇਕਿਨ ਜਿਹੜੀ ਮੇਨ ਕੰਟਰੀਬਿਊਸ਼ਨ ਹੈ ਉਹ ਸਾਰੇ ਡੋਨਰਸ ਦੀ ਹੈ। ਅੱਜ ਗੋਇਲ ਸਾਹਿਬ ਆਏ ਨੇ ਇੱਥੇ, ਇਹ ਦੱਸ ਰਹੇ ਸੀਗੇ, ਸ਼੍ਰੀ OP ਕੌਸ਼ਿਕ ਜੀ ਜਿਨ੍ਹਾਂ ਨੇ ਇਹ ਸੰਸਥਾ ਸ਼ੁਰੂ ਕੀਤੀ ਉਹਨਾਂ ਦੇ ਨਾਲ ਇਹ ਐਸੋਸੀਏਟਿਡ ਸੀਗੇ, ਛਾਬੜਾ ਜੀ ਇਹਨਾਂ ਨੂੰ ਇੱਥੇ ਲੈ ਕੇ ਆਏ ਔਰ ਮੈਂਬਰ ਵੀ ਬਣੇ ਨੇ ਔਰ ਇਸੇ ਢੰਗ ਦੇ ਨਾਲ ਇਹ ਸੰਸਥਾ ਸ਼ਹਿਰ ਦੇ ਵੱਖ ਵੱਖ ਜਿਹੜੇ ਸਾਡੇ ਪ੍ਰੋਜੈਕਟਸ ਨੇ, ਭਾਵੇਂ ਉਹ ਇਨਵਾਇਰਮੈਂਟ ਦਾ ਹੋਏ, ਹੈਲਥ ਦਾ ਹੋਏ, ਐਜੂਕੇਸ਼ਨ ਦਾ ਹੋਏ ਜਾਂ ਸੋਸ਼ਲ ਰਿਕੁਆਇਰਮੈਂਟਸ ਜਿਹੜੀਆਂ ਸਾਡੀਆਂ ਡਿਫਰੈਂਟ ਸੁਸਾਇਟੀ ਦੇ, ਉਸ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈਗਾ ਇੱਕ ਉਪਰਾਲਾ ਜਿਹੜਾ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ। ਰਜੇਸ਼ ਪੰਜੋਲਾ ਜੀ ਦਾ, ਬਲਜਿੰਦਰ ਸਿੰਘ ਜੀ ਦਾ, ਬਲਜਿੰਦਰ ਸ਼ਰਮਾ ਜੀ ਦਾ, ਪਲੱਸ ਮੈਡਮ ਅਮਰਜੀਤ ਸਾਹਿਵਾਲ, ਸਾਡੇ ਪ੍ਰਧਾਨ ਗੌਤਮ ਜੀ ਛਾਬੜਾ ਜੀ, ਜਿੰਦਲ ਸਾਹਿਬ, ਰਜੇਸ਼ ਸ਼ਰਮਾ ਜੀ, ਮੈਡਮ ਸ਼ਿਮਲਾ ਵਰਮਾ, ਸਾਡੇ ਵਿਜੇ ਜੈਤਿਕਾ ਜੀ, ਉਹਨਾਂ ਦੀ ਮਿਸਿਸ ਪੂਨਮ ਜੈਤਿਕਾ ਜੀ, ਅਸੀਂ ਅੱਜ ਬੜੇ ਸ਼ੋਰਟ ਪੀਰੀਅਡ ਦੇ ਵਿੱਚ 5-6 ਸਾਡੇ ਪ੍ਰੋਜੈਕਟ ਸੀ। ਇੱਕ ਤਾਂ ਅਸੀਂ ਲੜਕੀ ਦੀ ਮੈਰਿਜ ਵਾਸਤੇ ਉਹਨਾਂ ਨੂੰ ਰਾਸ਼ਨ ਪਲੱਸ ਸੂਟ ਦਿੱਤਾ ਜਿਹੜਾ ਸਾਨੂੰ ਸ਼੍ਰੀ ਆਰਟਸ ਨੇ ਡੋਨੇਟ ਕੀਤਾ ਸੀ, ਪਲੱਸ ਇੱਕ ਅਸੀਂ ਬੱਚੇ ਦੀ +2 ਦੀਆਂ ਕਿਤਾਬਾਂ ਬੁੱਕਸ ਦੀਆਂ, ਜਿਹੜੀ ਸਿਵਲ ਲਾਈਨ 'ਚ ਪੜ੍ਹਦੀ ਹੈ, ਬੜੀ ਇੰਟੈਲੀਜੈਂਟ ਕੁੜੀ ਆ, ਉਹਨੂੰ ਬੁੱਕਸ ਅਤੇ ਅਸੀਂ ਨੋਟਬੁੱਕ ਦਿੱਤੀਆਂ, ਪਲੱਸ ਇੱਕ ਸਾਡੇ ਕੋਲ ਪੇਸ਼ੈਂਟ ਸੀ ਕੈਂਸਰ ਦਾ, ਉਹਨੂੰ ਅਸੀਂ ਉਹਦੇ ਸਟੂਲ ਬੈਗ ਪਲੱਸ ਉਹਨੂੰ ਰਾਸ਼ਨ, ਹੋਰ 6 ਪਰਿਵਾਰਾਂ ਨੂੰ ਅਸੀਂ ਰਾਸ਼ਨ ਦਿੱਤਾ ਤਾਂ ਕਿ ਅਸੀਂ ਲੋਕਾਂ ਦੀ, ਅਸੀਂ ਸਾਡੀ ਕੋਸ਼ਿਸ਼ ਹੈ ਜਿੰਨੀ ਮੈਕਸੀਮਮ ਲੋਕਾਂ ਦੀ ਹੈਲਪ ਕਰ ਸਕੀਏ। ਸਾਨੂੰ ਇਸ ਵਾਸਤੇ ਸਾਨੂੰ 2100 ਰੁਪਇਆ ਰਜੇਸ਼ ਪੰਜੋਲਾ ਜੀ ਨੇ ਡੋਨੇਸ਼ਨ ਕੀਤੀ ਆ, 2100 ਰੁਪਇਆ ਸਾਨੂੰ ਅਮਰਜੀਤ ਕੌਰ ਸਾਹਿਵਾਲ ਜੀ ਨੇ, ਇੱਕ ਡਾਕਟਰ ਅਸ਼ੋਕ ਨੰਦ ਜੀ ਚੰਡੀਗੜ੍ਹ ਤੋਂ 2100 ਰੁਪਇਆ ਉਹਨਾਂ ਨੇ ਦਿੱਤਾ ਅੱਜ ਦੇ ਫੰਕਸ਼ਨ ਵਾਸਤੇ। ਪਵਨ ਸ਼ਰਮਾ ਜੀ ਹੈ ਜਿਹੜੇ ਆਚਾਰਿਆ ਜੀ ਹੈ, ਉਹਨਾਂ ਨੇ 5000 ਰੁਪਏ ਦਿੱਤਾ। ਮੈਂ ਸਾਰੇ ਡੋਨਰ ਦਾ, ਇੱਕ ਮੈਡਮ ਮੋਹਿਤ ਗੁਪਤਾ ਜੀ ਆ, ਉਹਨਾਂ ਨੇ ਸਾਨੂੰ ਡੋਨੇਸ਼ਨ ਕੀਤੀਆਂ ਬੁੱਕਸ, ਸਭ ਦਾ ਥੈਂਕਸ ਕਰਦਾ। ਜਿੰਨੇ ਵੀ ਸਾਡੇ ਡੋਨਰ ਆ, ਇਹ ਰਿਕੁਐਸਟ ਕਰਦਾ ਸਾਨੂੰ ਜਿੰਨਾ ਅਮਾਊਂਟ ਤੁਸੀਂ ਡੋਨੇਟ ਕਰੋਗੇ ਬੜੀ ਅੱਛੀ ਤਰ੍ਹਾਂ ਉਹਨੂੰ ਅਸੀਂ ਯੂਜ਼ ਕਰਾਂਗੇ।